ਦੋਸਤੋ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਗੁਰਮੀਤ ਨਿੱਜਰ ਅੱਜ ਫੋਕਸ ਪੰਜਾਬੀ ਦੀ ਟੀਮ ਪਹੁੰਚ ਚੁੱਕੀ ਹੈ ਦਰਗਾਹ ਬਾਣ ਬੱਟ ਬਾਬਾ ਫੂਸ ਜੀ ਦੀ ਦਰਗਾਹ ਤੇ ਸੋ ਦੋਸਤੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਤੇ ਭੰਡਾਰਾ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਜੀ ਅਤੇ ਪ੍ਰਧਾਨ ਨਰਿੰਦਰ ਵਿਜ ਦੀ ਅਗਵਾਈ 'ਚ ਸ਼ੁਰੂ ਹੋ ਚੁੱਕਿਆ ਹੈ ਸੋ ਸਾਲਾਨਾ ਜੋੜ ਮੇਲੇ ਅਤੇ ਭੰਡਾਰੇ ਦੇ ਪਹਿਲੇ ਦਿਨ ਯਾਨੀ ਕਿ 11 ਸਪਟੰਬਰ ਨੂੰ ਨਜ਼ਦੀਕ ਦੇ ਗੁਰਦੁਆਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ ਸੋ ਇਹਨਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ 13 ਸਪਟੰਬਰ ਦਿਨ ਵੀਰਵਾਰ ਨੂੰ ਪੈਣਗੇ ਸੋ ਇਸੇ ਤਰ੍ਹਾਂ ਹੀ ਦਰਗਾਹ ਵਿਖੇ 2 ਦਿਨ ਮੇਲਾ ਪੂਰਾ ਸਜਦਾ ਹੈ ਜਿਸ ਦੇ ਵਿੱਚ ਦੂਰ ਦੁਰਾਡੇ ਪਿੰਡਾਂ ਸ਼ਹਿਰਾਂ ਦੀਆਂ ਸੰਗਤਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਬਾਬਾ ਜੀ ਦੀ ਦਰਗਾਹ 'ਤੇ ਆ ਕੇ ਸਜਦਾ ਕਰਕੇ ਸ਼ਰਧਾ ਅਤੇ ਸਤਿਕਾਰ ਭੇਟ ਕਰਦੀਆਂ ਨੇ ਇਸੇ ਤਰ੍ਹਾਂ ਹੀ 2 ਦਿਨ ਸ਼ਾਮ ਨੂੰ ਮਹਿਫਲ ਏ ਕਵਾਲ ਸਜਦੀ ਹੈ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਵਈਏ ਗਾਇਕ ਕਵਾਲੀ ਬਾਬਾ ਜੀ ਦੀ ਉਸਦਤ ਦੇ ਵਿੱਚ ਗਾਇਨ ਕਰਦੇ ਨੇ ਸੋ ਆਪਾਂ ਚੱਲਦੇ ਹਾਂ ਪੰਡਾਲ 'ਚ ਜਿੱਥੇ ਪੰਜਾਬ ਦੇ ਪ੍ਰਸਿੱਧ ਗਵਈਏ ਬਾਬਾ ਜੀ ਦੀ ਉਸਤਤ 'ਚ ਗਾਇਨ ਕਰ ਰਹੇ ਨੇ ਸੁਣਦਿਆਂ ਵਿਚਾਰ ਪ੍ਰਬੰਧਕਾਂ ਦੇ ਕੀ ਕਹਿੰਦੇ ਨੇ ਇਸ ਮੇਲੇ ਬਾਰੇ ਇਹ ਜੀ 1926 ਦਾ ਮੇਲਾ ਲੱਗਦਾ ਵਾ ਮਤਲਬ ਕਿ ਅਸੀਂ ਗਿਣਤੀ ਨਹੀਂ ਕੀਤੀ ਵੀ ਕਿੰਨਾ ਵਾ ਮੇਲਾ ਵਾ ਅਸੀਂ ਨਹੀਂ ਲਿਖਾਉਂਦੇ ਮੇਲਾ ਵੀ ਹਰ ਸਾਲ ਦੀ ਤਰ੍ਹਾਂ ਮੇਲਾ ਲਗਾਇਆ ਜਾਂਦਾ ਹੈ ਸੰਗਤ ਬੜੀ ਹੁੰਮ ਹੁਮਾ ਕੇ ਪਹੁੰਚਦੀ ਇਸ ਮੇਲੇ ਦੇ ਵਿੱਚ ਔਰ ਖੁਸ਼ੀਆਂ ਪ੍ਰਾਪਤ ਕਰਦੀ ਆ ਸਭ ਤੋਂ ਪਹਿਲਾਂ 11 ਤਰੀਕ ਨੂੰ ਅਸੀਂ ਅਖੰਡ ਪਾਠ ਸਾਹਿਬ ਰਖਾਈ ਦਾ ਔਰ ਤੀਜੇ ਦਿਨ ਉਸ ਦਾ ਭੋਗ ਪੈਂਦਾ ਹੈ ਅਖੰਡ ਪਾਠ ਸਾਹਿਬ ਦਾ ਔਰ 2 ਦਿਨ ਸਾਡੀ ਸਟੇਜ ਲੱਗਦੀ ਹੈ ਉਹਦੇ ਵਿੱਚ ਦੂਰੋਂ ਦੂਰੋਂ ਕਵਾਲ ਆਉਂਦੇ ਨੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਦੂਰੋਂ ਦੂਰੋਂ ਸੰਗਤਾਂ ਵੀ ਆਉਂਦੀਆਂ ਨੇ ਬਹੁਤ ਜ਼ਿਆਦਾ ਔਰ ਸਾਡੀ ਪ੍ਰਬੰਧਕ ਕਮੇਟੀ ਵੀ ਬਣੀ ਹੋਈ ਆ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਆ ਉਹ ਮੇਲਾ ਰਲ ਮਿਲ ਕੇ ਕਰਾਇਆ ਜਾਂਦਾ ਹੈ ਇਹ 'ਚ ਕੋਈ ਭੇਦਭਾਵ ਨਹੀਂ ਰੱਖਿਆ ਜਾਂਦਾ ਧਾਰਮਿਕ ਮੈਸੇਜ ਇਹੀ ਹੈ ਜੀ ਇੱਕਜੁੱਟ ਹੋ ਕੇ ਕਰੋ ਔਰ ਕਿਸੇ ਦੇ ਧਰਮ ਦੇ ਖਿਲਾਫ ਬੋਲੋ ਨਾ ਸਾਰਿਆਂ ਨੂੰ ਮਿਲ ਵਰਤ ਕੇ ਕੰਮ ਕਰਨਾ ਚਾਹੀਦਾ ਹੈ ਜੈ ਮਸਤਾਂ ਦੀ ਜੈ ਸਰਕਾਰਾਂ ਦੀ ਪੂਜਨਯੋਗ ਮਹਾਨ ਹਸਤੀ ਦਰਗਾਹ ਬਾਨਵੜ ਬਾਬਾ ਫੂਸ ਜੀ ਹਰ ਸਾਲ ਸਾਲਾਨਾ ਜੋੜ ਮੇਲਾ ਅਤੇ ਭੰਡਾਰਾ ਮਨਾਇਆ ਜਾਂਦਾ ਹੈ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਅਤੇ ਭੰਡਾਰਾ ਬੜੀ ਧੂਮਧਾਮ ਨਾਲ 11, 12, 13 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ 12, 13 ਨੂੰ ਮਹਿਫਲ ਏ ਕਵਾਲ ਚੱਲ ਰਹੀ ਹੈ ਬਹੁਤ ਸਾਰੀਆਂ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਉਹਨਾਂ ਦੀਆਂ ਰੱਬ ਕਰੇ ਮਨੋਕਾਮਨਾ ਪੂਰੀਆਂ ਹੋਣ ਜੈ ਮਸਤਾਂ ਦੀ ਜੈ ਸਾਈਆਂ ਦੀ ਦਰਗਾਹ ਬਾਬਾ ਬਾਨਵੜ ਪੂਸ਼ਾ ਸਰਕਾਰ ਜਿਨ੍ਹਾਂ ਦੇ ਦਰਬਾਰ ਤੇ ਅੱਜ ਬਹੁਤ ਹੀ ਵਧੀਆ ਢੰਗ ਦੇ ਨਾਲ ਦਾਤਾ ਜੀ ਦਾ ਉਰਸ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਵੱਡੇ ਵੱਡੇ ਕਲਾਕਾਰ ਦੂਰੋਂ ਦੂਰੋਂ ਚੱਕ ਕੇ ਆ ਰਹੀਆਂ ਸੰਗਤਾਂ ਆਸ਼ੀਰਵਾਦ ਲੈਣ ਦਾਤਾ ਜੀ ਦੀਆਂ ਕਿਉਂਕਿ ਕੁਆਲੀਆਂ ਦੇ ਨਾਲ ਵੀ ਸਮਾਂ ਬੰਨਿਆ ਜਾ ਰਿਹਾ ਬਹੁਤ ਅੱਛੇ ਢੰਗ ਦੇ ਨਾਲ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਚੱਲ ਕੇ ਆਉਂਦੀਆਂ ਉਹਨਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਕਿਉਂਕਿ ਦਾਤਾ ਜੀ ਦਾ ਆਸ਼ੀਰਵਾਦ ਹੀ ਐਸਾ ਲੁਧਿਆਣਾ ਸ਼ਹਿਰ ਦੇ ਵਿੱਚ ਬਾ ਕਮਾਲ ਦਾ ਮੇਲਾ ਹੋ ਰਿਹਾ ਜਿਹਦੇ ਵਿੱਚ ਫੇਮਸ ਕਲਾਕਾਰ ਪਹੁੰਚ ਰਹੇ ਨੇ ਸਰਦਾਰ ਅਲੀ ਵਿਜੇ ਹੰਸ ਦਰਸ਼ਨ ਲੱਖੋ ਵਾਲੀਆ ਪ੍ਰਿੰਸ ਬੜੇ ਕਲਾਕਾਰ ਹੋਰ ਆ ਰਹੇ ਨੇ ਅਣਗਿਣਤ ਕਲਾਕਾਰਾਂ ਨੇ ਇੱਥੇ ਹਾਜ਼ਰੀ ਪਾਉਣੀ ਹੈ ਜੈ ਮਸਤਾਂ ਦੀ ਜੈ ਸਾਈਆਂ ਦੀ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ ਡੋਟ ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼ Ya Nabi, Ya Nabi, Ya Nabi, Ya Nabi, Ya Nabi.